जी, मैं हरजिंदर सिंह सानू पिंदर सिंह पिंड धारोली। मेरे मिस जिहड़े ने उह सरपंच ने पिंड दे मौजूदा। मैं पिंड दा एक खास करके अंधार साहब दा रहिणी आ जिन्हां ने मैनूं वजीर सरपंच बनाया। मिस जी मेरी नूं ते उहनां नूं बहुत शौक है अंधार साहब पिंड दी तरक्की होए, पिंड दा विकास होवे ते बूटे लाउण दा। जिद्दां उहनां ने एक मुहिम चलाई आ वी हर बंदा घट्टो घट्ट 10-20 बूटे जरूर पिंड 'च लावे। तो साढ़े पिंड बहुत वधिया काम चल रहा जी, हले अंधार साहब की देन है सारी। बाकी साढ़ा सरकारी हाई सकूल सीनियर सैकेंडरी स्कूल जिहड़ा उहदी नवीं बिल्डिंग बहुत वधिया बन रही है। साढ़ा जिहड़ा पिंड है जी, ये सुंदर ग्राम 'च आ गया जी। यदा जिहड़ा हुण छप्पड़ ही पहले तो उहदे गार गूर कढ़ा दित्ती है पोकलैन ला के, हुण ये सीचेवाल मॉडल दे विच आ गया जी। ਇਹਦਾ ਹੁਣ ਨਕਸ਼ਾ ਨਕਸ਼ਾ ਬਣ ਗਿਆ ਹੈ। ਇਹ ਸੀਚੇਵਾਲ ਮਾਡਲ 'ਚ ਜਿਹੜਾ ਟ੍ਰੀਟਮੈਂਟ ਪਲਾਂਟ ਲੱਗਣ ਲੱਗਾ ਜੀ, ਉਹਦੀ ਤਿਆਰੀ ਹੋ ਰਹੀ ਹੈ ਜੀ। ਇਹ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਮੇਰਾ ਆਪਣਾ ਕੰਮ ਚਾਲੂ ਹੋ ਜਾਏਗਾ ਜੀ। ਸਾਨੂੰ ਜ਼ਿਮੀਂਦਾਰਾਂ ਨੂੰ ਇੱਕੋ ਹੀ ਮੇਰੀ ਬੇਨਤੀ ਹੈ ਵੀ ਜਿਹੜੀ ਦਵਾਈਆਂ ਜ਼ਹਿਰੀਲੀਆਂ ਦਵਾਈਆਂ ਉਹਨਾਂ ਨੂੰ ਘੱਟ ਕਰੀਏ, ਕਿਉਂਕਿ ਬਾਜ਼ਾਰਾਂ 'ਚ ਨਹੀਂ ਜ਼ਿਮੀਂਦਾਰ ਦਾ, ਕਿਉਂਕਿ ਬਿਮਾਰੀਆਂ ਇੰਨੀਆਂ ਕੁ ਆ ਗਈਆਂ ਨੇ, ਸੁੰਡੀਆਂ ਇੱਦਾਂ ਦੀਆਂ ਹੋ ਗਈਆਂ ਨੇ ਵੀ ਉਹ ਜ਼ਹਿਰੀਲੀਆਂ ਦਵਾਈਆਂ ਤੋਂ ਬਗੈਰ ਮਰਦੀਆਂ ਹੀ ਨਹੀਂ ਜਿਹਨਾਂ 'ਚ ਜ਼ਹਿਰੀਲੀਆਂ ਨਹੀਂ ਹੈ। ਤਾਂ ਵੈਸੇ ਉਹ ਅਸਰ ਜਿਹੜਾ ਜ਼ਹਿਰੀਲੀਆਂ ਦਵਾਈਆਂ ਦਾ ਮਨੁੱਖਾਂ ਦੇ ਉੱਤੇ ਹੀ ਹੈ, ਅਤੇ ਪਰ ਕਿਸਾਨਾਂ ਦੀ ਵੀ ਮਜਬੂਰੀ ਹੈ, ਜੇ ਨਾ ਉਹ ਪਾਉਣ ਤਾਂ ਫਸਲ ਨਹੀਂ ਹੁੰਦੀ। ਸਾਡੇ ਜਿਹੜੇ ਮੰਤਰੀ ਨੇ ਸਾਡੇ ਪਿੰਡ ਦੇ ਨੇ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ, ਸਕਾਰਤਾ ਅਤੇ ਜੇਲ੍ਹ ਮੰਤਰੀ ਨੇ, ਜਿਹੜੀ ਸੋਚ ਉਹਨਾਂ ਦੀ ਬਹੁਤ ਚੰਗੀ ਸੋਚ ਹੈ ਪਿੰਡ ਵਾਸਤੇ, ਹਲਕੇ ਵਾਸਤੇ ਅਤੇ ਮਤਲਬ ਪੰਜਾਬ ਵਾਸਤੇ। ਇੱਕ ਮੇਰੀ ਨਾ ਸਾਰੇ ਲੋਕਾਂ ਨੂੰ ਇੱਕੋ ਹੀ ਬੇਨਤੀ ਹੈ ਵੀ ਜਿੱਦਾਂ ਆਪਾਂ ਸਕੀਮਾਂ ਆ ਜਾਂਦੀਆਂ ਕਣਕ ਦਾਲ ਪੈਨਸ਼ਨ, ਇਹ ਗਰੀਬਾਂ ਦਾ ਹੱਕ ਆ, ਅਤੇ ਆਪਾਂ ਜ਼ਿਮੀਂਦਾਰ ਅਤੇ ਮੁਲਾਜ਼ਮ ਵੀ ਇਸ ਪਾਸੇ ਪੈ ਜਾਂਦੇ ਹਾਂ। ਸਰਪੰਚ ਵੀ ਮਜਬੂਰ ਹੁੰਦਾ, ਲੀਡਰ ਵੀ ਮਜਬੂਰ ਹੁੰਦਾ ਆ, ਕਿਉਂਕਿ ਵੋਟਾਂ ਦਾ ਕਰਕੇ ਹੁੰਦਾ ਵੀ ਜੇ ਕਦੀ ਕੱਢਤੀ ਤਾਂ ਵੀ ਉਸ ਵੇਲੇ ਰੁੱਸ ਜਾਂਦੇ। ਪਰ ਇਹ ਇਨਸਾਨੀਅਤ ਨੂੰ ਆਪਣੇ ਆਪ ਝਾਤੀ ਅੰਦਰ ਮਾਰਨੀ ਚਾਹੀਦੀ ਆ ਵੀ ਆਪਾਂ ਕੀ ਇਹ ਸਾਡਾ ਹੱਕ ਬਣਦਾ ਲੈਣਾ ਕਿ ਜੇ ਨਹੀਂ ਬਣਦਾ, ਜੇ ਬਣਦਾ ਤਾਂ ਆਪਾਂ ਲਈਏ, ਜ਼ਰੂਰ ਲਈਏ, ਜੇ ਸਾਡਾ ਬਣਦਾ ਨਹੀਂ ਤਾਂ ਗਰੀਬਾਂ ਤੱਕ ਪਹੁੰਚਣ ਲਈਏ।